ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਉਸੀ ਭੀ ਸੱਚ ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਓ
ਜਿਹਦਾ ਅੰਦਰ ਮਾਲਕ ਜੀ ਦੇ ਨਾਮ ਨਾਲ ਜੁੜ ਜਾਂਦਾ ਇਹਨਾਂ ਪਿਆਰਿਓ, ਜਿਹੜਾ ਵਾਹਿਗੁਰੂ ਜੀ ਦੇ ਨਾਲ ਅਭੇਦ ਹੋ ਜਾਂਦਾ ਏ, ਉਹ ਕਰਮ ਕਾਂਡ ਤੋਂ ਵੀ ਉੱਪਰ ਉੱਠ ਜਾਂਦਾ ਏ, ਸ਼ਰ੍ਹਾਂ ਤੋਂ ਵੀ ਉੱਪਰ ਉੱਠ ਜਾਂਦਾ। ਉਹਦੇ ਵਿੱਚ ਤੇ ਮਾਲਕ ਦੇ ਵਿੱਚ ਕੋਈ ਕਰਮ ਕਾਂਡ ਦੀਵਾਰ ਨਹੀਂ ਬਣ ਸਕਦਾ। ਰਵਿਦਾਸ ਸਾਹਿਬ ਕਿਰਤ ਕਰਦੇ ਨੇ, ਕਿਰਤੀ ਨਹੀਂ, ਜੁੱਤੀਆਂ ਗੰਢਣ ਦੀ ਕਿਰਤ ਕਰਦੇ ਨੇ। ਮਰੇ ਹੋਏ ਪਸ਼ੂਆਂ ਨੂੰ ਵੀ ਢੋਂਦੇ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਗੁਰਬਾਣੀ ਦੁਆਰਾ ਉਚਾਰਨ ਕਰਦੇ ਨੇ, ਰਵਿਦਾਸ ਢੋਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ। ਢੋਰ ਮਰਿਆ ਹੋਇਆ ਪਸ਼ੂ ਹੁੰਦਾ। ਰਵਿਦਾਸ ਸਾਹਿਬ ਰੋਜ਼ ਮਰੇ ਹੋਏ ਪਸ਼ੂ ਢੋਂਦੇ ਨੇ, ਗੁਰੂ ਅਰਜਨ ਦੇਵ ਮਹਾਰਾਜ ਅੰਮ੍ਰਿਤ ਬਾਣੀ ਵਿੱਚ ਉਚਾਰਨ ਕਰ ਰਹੇ ਨੇ। ਰਵਿਦਾਸ ਢੋਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ। ਮਾਇਆ ਕੱਲਾ ਰੁਪਈਆਂ ਨੂੰ ਨਹੀਂ ਕਿਹਾ ਗਿਆ, ਮਾਇਆ ਕੱਲਾ ਧਨ ਜਾਇਦਾਦ ਨੂੰ ਨਹੀਂ ਕਿਹਾ ਗਿਆ। ਮਨ ਦੇ ਵਿੱਚ ਸੋਭਾ ਦੀ ਵਡਿਆਈ ਦੀ ਬਹੁਤ ਇੱਛਾ ਏ, ਇਹ ਵੀ ਇੱਕ ਮਾਇਆ ਹੈ। ਬੰਦਾ ਦਿਨੇ ਰਾਤ ਕੁਕਰਮਾਂ ਵਿੱਚ ਫਸਿਆ ਹੋਇਆ ਹੈ, ਲੋਭ ਲਾਲਚ ਵਿੱਚ ਜੀਵਨ ਗਲਤਾਨ ਹੈ, ਇਹ ਵੀ ਮਾਇਆ ਵਿੱਚ ਹੀ ਫਸਿਆ ਹੋਇਆ। ਪਰ ਰਵਿਦਾਸ ਸਾਹਿਬ ਜੀ ਨੇ ਇਹ ਸਾਰਾ ਸੁਭਾਅ ਛੱਡਿਆ ਹੈ, ਮਾਇਆ ਤਿਆਗੀ ਹੋਈ ਹੈ। ਕਈ ਵਾਰੀ ਕਈਆਂ ਦੇ ਮਨ 'ਚ ਇਹ ਹੁੰਦਾ ਹੈ ਵੀ ਅਸੀਂ ਪੈਸੇ ਨਹੀਂ ਲੈਂਦੇ, ਸਾਡੇ ਡੇਰੇ 'ਚ ਪੈਸੇ ਨਹੀਂ ਚੜ੍ਹਦੇ, ਅਸੀਂ ਮਾਇਆ ਦੇ ਤਿਆਗੀ। ਕਬੀਰ ਸਾਹਿਬ ਕਹਿੰਦੇ, ਕਬੀਰ ਮਾਇਆ ਤਜੀ ਦੁਖਿਆ ਪਾਇਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਵਰ ਗਲੇ, ਮਾਨ ਸਭੇ ਕੋ ਖਾਏ।
ਮੰਨ ਲਓ ਬੰਦੇ ਨੂੰ ਦੂਸਰੇ ਕਿਸ ਰਸਤੇ ਥਾਣੀ ਪੈਸਾ ਹੁੰਦਾ ਹੈ ਤੇ ਸਾਹਮਣੇ ਵਾਲਾ ਬੰਦ ਕਰਤਾ ਉਹਨੇ, ਜਿਹੜਾ ਸਾਹਮਣੇ ਹੁੰਦਾ ਹੈ ਜਿਹੜਾ ਲੋਕਾਂ ਨੂੰ ਦੀਦਾ ਹੈ ਉਹ ਬੰਦ ਕਰਤਾ, ਪਰ ਹੋਰ ਕਿਸੇ ਤਰੀਕੇ ਦੇ ਨਾਲ ਆ ਰਿਹਾ ਹੈ ਤੇ ਇਹਦਾ ਮਤਲਬ ਇਹ ਨਹੀਂ ਵੀ ਉਹ ਮਾਇਆ ਦਾ ਤਿਆਗੀ ਹੋ ਗਿਆ। ਮਾਇਆ ਨੂੰ ਵਰਤਣਾ ਹੈ, ਮਾਇਆ ਨੂੰ ਮਾਲਕ ਜੀ ਨੇ ਸੰਸਾਰ ਦੇ ਕਾਰਜ ਕਰਨ ਵਾਸਤੇ ਹੀ ਪੈਦਾ ਕੀਤਾ। ਮਾਇਆ ਦੀ ਵਰਤੋਂ ਸਹੀ ਹੋਣੀ ਚਾਹੀਦੀ ਹੈ, ਮਾਇਆ ਨਹੀਂ ਮਾੜੀ। ਸਭ ਕਾਰਜ ਸੰਸਾਰ ਤੇ ਮਾਇਆ ਦੁਆਰਾ ਹੀ ਹੋ ਰਹੇ ਨੇ, ਗੱਲ ਵਰਤੋਂ ਦੀ ਹੈ, ਵਰਤੋਂ ਮਾੜੀ ਨਾ ਹੋਵੇ, ਬਸ ਵਰਤੋਂ ਇਹਦੀ ਪਾਪ ਵਿੱਚ ਨਾ ਹੋਵੇ, ਪਰਉਪਕਾਰ ਵਾਸਤੇ ਹੋਵੇ। ਗੁਰੂ ਅਰਜਨ ਦੇ ਮਹਾਰਾਜ ਉਚਾਰਨ ਕਰਦੇ ਨੇ, ਰਵਿਦਾਸ ਸਾਹਿਬ ਨੇ ਮਾਇਆ ਦਾ ਤਿਆਗ ਕੀਤਾ, ਭਾਵ ਆਪਣੀ ਵਡਿਆਈ ਦਾ ਮਾਣ ਦਾ ਸਭ ਤਿਆਗ ਕਰ ਦਿੱਤਾ, ਆਪਣੇ ਆਪ ਨੂੰ ਜਣਾਇਆ ਹੀ ਕੁਝ ਨਹੀਂ, ਇਹ ਮਾਇਆ ਦਾ ਤਿਆਗ ਹੈ। ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਐਸ ਸੰਗਤ ਦੇ ਨਾਲ ਮਿਲ ਕੇ ਸਿਮਰਨ ਕੀਤਾ, ਨਾਮ ਜਪਿਆ, ਕਿਰਤ ਵੀ ਕੀਤੀ, ਮਰੇ ਹੋਏ ਪਸ਼ੂ ਵੀ ਰੋਜ਼ ਢੋਂਦੇ ਨੇ, ਜੁੱਤੀਆਂ ਵੀ ਗੰਢਦੇ ਨੇ, ਆਪਣੀ ਕਿਰਤ ਕਰਦੇ ਨੇ, ਕਿਰਤੀ ਨੇ ਵਿਹਲੜ ਨੇ, ਕਿਰਤ ਕਰਦੇ ਨੇ, ਔਰ ਸੰਗਤ ਵੀ ਕਰਦੇ ਨੇ, ਸੰਗਤ ਦੁਆਰਾ ਮਾਲਕ ਦੀ ਬੰਦਗੀ ਵੀ ਕਰਦੇ ਨੇ, ਤੇ ਮਾਲਕ ਨੂੰ ਸਾਕਸ਼ਾਤ ਪ੍ਰਾਪਤ ਕੀਤਾ ਹੋਇਆ। ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਤੇ ਕੋਈ ਕਰਮ ਕਾਂਡੀ ਬ੍ਰਾਹਮਣ ਮਿਲ ਗਿਆ, ਕਹਿੰਦਾ ਰਵਿਦਾਸ ਕੰਮ ਹੀ ਕਰਦਾ ਰਹਿੰਦਾ ਦਿਨੇ ਰਾਤ, ਕਦੀ ਉਸ ਠਾਕੁਰ ਦੀ ਕਦੀ ਉਸ ਰੱਬ ਦੀ ਪੂਜਾ ਵੀ ਕਰਿਆ ਕਰ। ਬ੍ਰਾਹਮਣ ਮੂਰਤੀ ਨੂੰ ਰੱਬ ਸਮਝਦਾ ਸੀ, ਉਹ ਪੱਥਰ ਨੂੰ ਗੋਬਿੰਦ ਸਮਝੀ ਜਾਂਦਾ ਸੀ ਵੀ ਪੱਥਰ ਗੋਬਿੰਦ ਹੈ, ਪੱਥਰ ਰੱਬ ਹੈ, ਪਰ ਰਵਿਦਾਸ ਸਾਹਿਬ ਇਸ ਰੀਤੀ ਤੋਂ ਬਹੁਤ ਉੱਪਰ ਉੱਠ ਚੁੱਕੇ ਸਨ। ਇਹ ਰੱਬ ਦੇ ਪਿਆਰਿਆਂ ਦੇ ਅੰਦਰ ਦੀ ਉਹ ਮਹਾਨ ਅਵਸਥਾ ਹੈ, ਉਹਨਾਂ ਦਾ ਅੰਦਰ ਰੱਬ ਤੋਂ ਬਿਨਾਂ ਹੋਰ ਕਿਸੇ ਕਰਮ ਕਾਂਡ ਨੂੰ ਮੰਨਦਾ ਹੀ ਨਹੀਂ, ਅੱਖ ਥੱਲੇ ਨਹੀਂ ਰੱਖਦਾ। ਸਰਮਦ ਵਰਗੇ ਫਕੀਰਾਂ ਨੇ ਔਰੰਗਜ਼ੇਬ ਦੇ ਮੂੰਹ ਤੇ ਕਹਿ ਦਿੱਤਾ ਵੀ ਮੈਂ ਸ਼ਰ੍ਹਾਂ ਫਾਈ ਜਿਹੜੀ ਹੈ ਨਾ ਉਹ ਲਾ ਕੇ ਸੁੱਟ ਦਿੱਤੀ, ਸ਼ਰ੍ਹਾਂ ਨੂੰ ਫਾਈ ਕਹਿਤਾ। ਸਰਮਦ ਫਕੀਰ ਨੇ ਇਸਲਾਮਕ ਬਾਦਸ਼ਾਹ ਹੋਵੇ, ਕੱਟੜ ਹੋਵੇ ਪੂਰਾ, ਉਹਨੂੰ ਇਹ ਗੱਲ ਕਹਿ ਦਿੱਤੀ ਵੀ ਮੈਂ ਸ਼ਰ੍ਹਾਂ ਦੀ ਫਾਈ ਆਪਣੇ ਗਲ ਚੋਂ ਲਾ ਦਿੱਤੀ। ਇਹ ਰੱਬ ਦੇ ਪਿਆਰਿਆਂ ਦੀ ਨਿਸ਼ਾਨੀ ਹੈ। ਉਹ ਜਦੋਂ ਗੋਬਿੰਦ ਦੇ ਨਾਲ ਇੱਕਮਿੱਕ ਹੋ ਜਾਂਦੇ, ਆਹ ਜਿਹੜੇ ਕਰਮ ਕਾਂਡ ਨੇ ਇਹ ਉਹਨਾਂ ਦੇ ਲਾਗੇ ਫਿਰ ਕੋਈ ਥਾਂ ਨਹੀਂ ਰੱਖਦਾ। ਤੁਹਾਡੇ ਵਿੱਚੋਂ ਬਹੁਤਿਆਂ ਨੇ ਐਸੇ ਸਾਧੂ ਦੇ, ਐਸੀ ਮਹਾਨ ਆਤਮਾ ਦੇ ਦਰਸ਼ਨ ਕੀਤੇ ਨੇ, ਇੱਥੇ ਸੰਗਤ ਵੀ ਕੀਤੀ ਹੈ ਉਹਨਾਂ ਨੇ। ਬ੍ਰਾਹਮਣ ਕਹਿਣ ਲੱਗਾ ਜੀ ਗੋਬਿੰਦ ਦੀ ਪੂਜਾ ਕਰਿਆ ਕਰੋ, ਤੁਸੀਂ ਤੇ ਆ ਮਰੇ ਪਸ਼ੂ ਹੀ ਢੋਈ ਜਾਂਦੇ ਜੇ, ਦਿਨੇ ਰਾਤ ਚਮੜੇ ਦਾ ਕੰਮ ਹੀ ਕਰੀ ਜਾਂਦੇ, ਇੰਨੇ ਫਸੇ ਜੇ ਤੁਸੀਂ। ਰਵਿਦਾਸ ਸਾਹਿਬ ਕਹਿਣ ਲੱਗੇ ਵੀ ਪੂਜਾ ਕਿੱਦਾਂ ਕਰੀਦੀ ਹੈ, ਗੋਬਿੰਦ ਦੀ ਪੂਜਾ ਕਿਵੇਂ ਕਰਨੀ। ਬ੍ਰਾਹਮਣ ਕਹਿਣ ਲੱਗਾ ਜੀ ਸੁੱਚਾ ਦੁੱਧ ਲੈ ਕੇ ਨਾ ਸੁੱਚਾ ਦੁੱਧ ਤੇ ਠਾਕੁਰ ਨੂੰ ਭੋਗ ਲਵਾਈਦਾ, ਫਿਰ ਵਧੀਆ ਵਧੀਆ ਅਨੂਪ ਫੁੱਲ, ਅਨੂਪ ਦਾ ਮਤਲਬ ਹੁੰਦਾ ਸੁੰਦਰ ਸੋਹਣੇ, ਉਹ ਫੁੱਲ ਜਿਹੜੇ ਨੇ ਨਾ ਉਹ ਠਾਕੁਰ ਦੇ ਚਰਨਾਂ ਚ ਅਰਪਿਤ ਕਰੀਦੇ ਨੇ, ਜਾਂ ਉਹਨਾਂ ਦਾ ਹਾਰ ਬਣਾ ਕੇ ਠਾਕੁਰ ਦੇ ਗਲ ਵਿੱਚ ਪਾਈਦਾ ਹੈ, ਤੇ ਇਹ ਸਾਰੇ ਕਰਮ ਕਰਨ ਤੋਂ ਪਹਿਲੋਂ ਪਾਣੀ ਲੈ ਕੇ, ਜਲ ਲੈ ਕੇ ਨਾ ਸੁੱਚਾ ਜਲ ਲੈ ਕੇ ਤੇ ਠਾਕੁਰ ਦਾ ਇਸ਼ਨਾਨ ਕਰਵਾਈ। ਸਾਡੇ ਕੋਲੋਂ ਸਿੱਖ
ਪੰਡਿਤ ਕਹਿਣ ਲੱਗਾ ਸਾਡੇ ਕੋਲੋਂ ਰਵਿਦਾਸ ਸਿੱਖ ਤੈਨੂੰ ਨਹੀਂ ਪਤਾ ਇਹਨਾਂ ਗੱਲਾਂ ਆ ਤੈਨੂੰ ਸਮਝਾਈਏ ਅਸੀਂ ਗਿਆਨਵਾਨ ਅਸੀਂ ਵਿਦਵਾਨ ਲੋਕ ਹਾਂ ਸਾਨੂੰ ਪਤਾ ਹੈ ਵੀ ਕਿੱਦਾਂ ਠਾਕੁਰ ਦੀ ਗੋਬਿੰਦ ਦੀ ਪੂਜਾ ਕਰੀਦੀ ਰਵਿਦਾਸ ਸਾਹਿਬ ਜੀ ਦਾ ਇਹ ਮਹਾਨ ਪਵਿੱਤਰ ਜੋ ਬਚਨ ਆਪਾਂ ਪੜ੍ਹ ਰਹੇ ਹਾਂ ਉਹਨੂੰ ਜਵਾਬ ਜੀ ਕਹਿਣ ਲੱਗੇ ਤੂੰ ਸੁੱਚੇ ਦੀ ਗੱਲ ਕੀਤੀ ਹੈ ਵੀ ਸਭ ਤੋਂ ਪਹਿਲਾਂ ਸੁੱਚਾ ਜਲ ਲੈ ਕੇ ਉਹਦੇ ਨਾਲ ਠਾਕੁਰ ਦਾ ਇਸ਼ਨਾਨ ਕਰਾਉਣਾ ਕਹਿੰਦੇ ਮੈਂ ਨਹੀਂ ਕਰਾ ਸਕਦਾ ਕਹਿੰਦੇ ਕਿਉਂ ਬ੍ਰਾਹਮਣ ਕਹਿਣ ਲੱਗਾ ਕਿਉਂ ਕਹਿਣ ਲੱਗਾ ਜਲ ਨਹੀਂ ਸੁੱਚਾ ਹੈਗਾ ਕਹਿੰਦਾ ਕਿਉਂ ਨਹੀਂ ਹੈਗਾ ਕਹਿੰਦਾ ਹੈ ਰਵਿਦਾਸ ਸਾਹਿਬ ਕਹਿਣ ਲੱਗੇ ਹੈ ਹੀ ਨਹੀਂ ਕਿਤੇ ਪੰਡਿਤ ਬੜਾ ਹੈਰਾਨ ਪੁੱਛਣ ਲੱਗਾ ਕਹਿੰਦਾ ਮੈਂ ਤੇ ਰੋਜ਼ ਸੁੱਚੇ ਜਲ ਨਾਲ ਹੀ ਇਸ਼ਨਾਨ ਕਰਾਉਣਾ ਭਗਤ ਰਵਿਦਾਸ ਸਾਹਿਬ ਕਹਿਣ ਲੱਗੇ ਜਲ ਵਿੱਚ ਰਹਿਣ ਵਾਲੀਆਂ ਜਿਹੜੀਆਂ ਮੱਛੀਆਂ ਨੇ ਨਾ ਉਹ ਆਪਣੀ ਸਾਰੀ ਕਿਰਿਆ ਪਾਣੀ 'ਚ ਹੀ ਕਰਦੀਆਂ ਨੇ ਕਦੀ ਮੂੰਹ 'ਚ ਪਾਣੀ ਪਾਉਂਦੀਆਂ ਨੇ ਕਦੀ ਕੱਢ ਦਿੰਦੀਆਂ ਨੇ ਕਦੀ ਪਾਉਂਦੀਆਂ ਨੇ ਕਦੀ ਕੱਢ ਦਿੰਦੀਆਂ ਨੇ ਪਾਣੀ ਜਿਹੜਾ ਹੈ ਨਾ ਉਹ ਮੱਛੀਆਂ ਨੇ ਜੂਠਾ ਕੀਤਾ ਹੈ ਇਸ ਕਰਕੇ ਜੂਠੇ ਪਾਣੀ ਦੇ ਨਾਲ ਇਸ਼ਨਾਨ ਨਹੀਂ ਹੋ ਰਹਿ ਸਕਦਾ ਤੂੰ ਸੁੱਚੇ ਜਲ ਦੀ ਗੱਲ ਕਰ ਫਿਰ ਕਹਿਣ ਲੱਗੇ ਤੂੰ ਦੁੱਧ ਦੇ ਭੋਗ ਦੀ ਗੱਲ ਕਰਦਾ ਹੈ ਤੇ ਦੁੱਧ ਜਿਹੜਾ ਹੈ ਨਾ ਉਹ ਪਹਿਲੋਂ ਵਛੜੇ ਨੇ ਚੁੰਘਿਆ ਹੈ ਤੇ ਜੂਠਾ ਕਰ ਦਿੱਤਾ ਹੈ ਇਸ ਕਰਕੇ ਦੁੱਧ ਦਾ ਭੋਗ ਵੀ ਨਹੀਂ ਲੱਗ ਸਕਦਾ ਤੇ ਫੁੱਲਾਂ ਦੇ ਹਾਰ ਦੀ ਗੱਲ ਕਰਦਾ ਹੈ ਤੇ ਫੁੱਲਾਂ ਫੁੱਲ ਜਿਹੜੇ ਨੇ ਉਹਨਾਂ ਤੇ ਭਵਰਾ ਪਹਿਲੋਂ ਹੀ ਆ ਕੇ ਬਹਿ ਗਿਆ ਤੇ ਉਹਨਾਂ ਨੂੰ ਸੁੰਘਦਾ ਰਿਹਾ ਸੁੰਘ ਕੇ ਫੁੱਲਾਂ ਨੂੰ ਵੀ ਜੂਠਾ ਕਰਕੇ ਚੱਲਿਆ ਗਿਆ ਦੱਸ ਮੈਂ ਹੁਣ ਸੁੱਚੇ ਕਿੱਥੋਂ ਲੈ ਕੇ ਆਵਾਂ ਸਾਡੇ 'ਚ ਵੀ ਕਰਮ ਕਾਂਡੀ ਹੈਗੇ ਇੱਦਾਂ ਜਿਹੜੇ ਇਸ ਗੱਲ ਤੇ ਬੜਾ ਜ਼ੋਰ ਦਿੰਦੇ ਨੇ ਦਿਨੇ ਰਾਤ ਇਹੀਓ ਜ਼ੋਰ ਲੱਗਾ ਪਿਆ ਹੈ ਬਸ ਆਪਾਂ ਉਹਨਾਂ ਨੂੰ ਵੀ ਕਰਮ ਕਾਂਡੀ ਕਹਿ ਸਕਦੇ ਬਹੁਤਾਤ ਤੇ ਇਹੀਓ ਕਹੀ ਜਾਂਦੇ ਨੇ ਜਿੱਦਾਂ ਦੇ ਆਪਣੇ ਬੰਦਿਆਂ ਨੇ ਕਈ ਤਰ੍ਹਾਂ ਦੇ ਤਰੀਕੇ ਬਣਾਏ ਨੇ ਨਾ ਮਾੜਾ ਬੰਦਾ ਤੇ ਬੰਦਗੀ ਨਹੀਂ ਕਰ ਸਕਦਾ ਜਿਹੜਾ ਗਰੀਬ ਬੰਦਾ ਹੈ ਉਹ ਤੇ ਬਾਣੀ ਨਾਲ ਹੀ ਨਹੀਂ ਜੁੜ ਸਕਦਾ ਜਦੋਂ ਭਗਤ ਰਵਿਦਾਸ ਸਾਹਿਬ ਜੀ ਨੇ ਬਚਨ ਕੀਤਾ ਤੇ ਪੰਡਿਤ ਹੈਰਾਨ ਹੋ ਗਿਆ ਜਵਾਬ ਕੋਈ ਨਹੀਂ ਕਿਉਂਕਿ ਸੱਚ ਦੇ ਅੱਗੇ ਜਵਾਬ ਕੋਈ ਨਹੀਂ ਰਵਿਦਾਸ ਸਾਹਿਬ ਕਹਿਣ ਲੱਗੇ ਵੀ ਜੇ ਤੁਸੀਂ ਇਸ ਤਰੀਕੇ ਦੇ ਨਾਲ ਗੋਬਿੰਦ ਦੀ ਪੂਜਾ ਕਰਦੇ ਹੋ ਤੇ ਤੁਸੀਂ ਗਲਤ ਹੋ ਸਾਰੀਆਂ ਜੂਠੀਆਂ ਚੀਜ਼ਾਂ ਠਾਕੁਰ ਨੂੰ ਲਾਈ ਜਾਂਦੇ ਹੋ ਵਛੜੇ ਦਾ ਜੂਠੇ ਦੁੱਧ ਦੇ ਨਾਲ ਠਾਕੁਰ ਨੂੰ ਭੋਗ ਲਵਾਈ ਜਾਂਦੇ ਹੋ ਭੌਰੇ ਦੇ ਜੂਠੇ ਕੀਤੇ ਹੋਏ ਫੁੱਲ ਠਾਕੁਰ ਦੇ ਗਲ 'ਚ ਹਾਰ ਬਣਾ ਬਣਾ ਪਾਈ ਜਾਂਦੇ ਹੋ ਮੱਛੀਆਂ ਦਾ ਜੂਠਾ ਕੀਤਾ ਹੋਇਆ ਪਾਣੀ ਠਾਕੁਰ ਦੇ ਉੱਤੇ ਡੁੱਲੀ ਜਾਂਦੇ ਹੋ ਇਹ ਕੀ ਕਰ ਰਹੇ ਉਸ ਵੇਲੇ ਫਿਰ ਬਿਰਤੀ ਲੱਗ ਗਈ ਭਗਤ ਰਵਿਦਾਸ ਸਾਹਿਬ ਜੀ ਬੜੇ ਪਿਆਰ ਨਾਲ ਉਚਾਰਨ ਕਰਦੇ ਨੇ ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾ ਉਹ ਕਿਹੜਾ ਤਰੀਕਾ ਹੈ ਉਹ ਕਿਹੜੀਆਂ ਕਿਹੜੀਆਂ ਸਮੱਗਰੀਆਂ ਦੇ ਕਿਹੜੇ ਕਿਹੜੇ ਪਦਾਰਥ ਨੇ ਜਿਨ੍ਹਾਂ ਦੇ ਨਾਲ ਮੈਂ ਗੋਬਿੰਦ ਦੀ ਪੂਜਾ ਕਰ ਸਕਾਂ ਅਵਰਨ ਫੁੱਲ ਅਨੂਪ ਨਾ ਪਾਵੋ ਜਿਹੜੇ ਆਹ ਫੁੱਲ ਨੇ ਇਹ ਤੇ ਠਾਕੁਰ ਦੇ ਦਰ ਤੇ ਜਿਸ ਤਰੀਕੇ ਨਾਲ ਬ੍ਰਾਹਮਣ ਜੀ ਤੁਸੀਂ ਕਹਿ ਰਹੇ ਹੋ ਫਿਰ ਤੇ ਪ੍ਰਵਾਨ ਨਹੀਂ ਚੜ ਸਕਦਾ ਉਸ ਵੇਲੇ ਪਿਆਰ ਦੇ ਨਾਲ ਇਹ ਸ਼ਬਦ ਉਚਾਰਨ ਕੀਤਾ ਪੰਡਿਤ ਜੀ ਕਹਿਣ ਲੱਗੇ ਇਸ ਤਰ੍ਹਾਂ ਕਰੋ ਵੀ ਚੰਦਨ ਦੀਆਂ ਲੱਕੜਾਂ ਦੇ ਨਾਲ ਚੰਦਨ ਦੀ ਲੱਕੜ ਦੇ ਵਿੱਚੋਂ ਉਹਦਾ ਰਸ ਕੱਢ ਕੇ ਉਹਦਾ ਚੰਦਨ ਦਾ ਛਿੜਕਾ ਕਰੋ ਇਹ ਵੀ ਇੱਕ ਵਿਧੀ ਹੈ ਠਾਕੁਰ ਦੀ ਪੂਜਾ ਕਰਨ ਦੀ ਤੇ ਰਵਿਦਾਸ ਸਾਹਿਬ ਕਹਿਣ ਲੱਗੇ ਮੈਂ ਲਾਗਰ
ਬੇਰੇ ਹੈ ਪੋਯੰਗਾ, ਇਸੇ ਸ਼ਬਦ ਵਿੱਚ ਬਚਨ ਆ ਰਹੇ ਨੇ ਵੀ ਮਲਿਆਗਰ ਚੰਦਨ ਜਿਹੜਾ ਹੈ ਨਾ, ਬੇਰੇ ਹੈ ਪੋਯੰਗਾ, ਪੋਯੰਗਾ ਨਾਮ ਹੈ ਸੱਪ ਦਾ, ਵੀ ਸੱਪਾਂ ਨੇ ਚੰਦਨ ਨੂੰ ਪਹਿਲੋਂ ਹੀ ਵਲੇਟ ਪਾ ਪਾ ਕੇ ਚੰਦਨ ਨੂੰ ਵੀ ਜੂਠਾ ਕੀਤਾ ਹੋਇਆ। ਮੈਂ ਚੰਦਨ ਦਾ ਛਿੜਕਾ ਠਾਕੁਰ ਤੇ ਕਿੱਦਾਂ ਕਰਾਂ, ਉਹਨੂੰ ਤੇ ਸੱਪਾਂ ਨੇ ਪਹਿਲੋਂ ਹੀ ਜੂਠਾ ਕਰ ਦਿੱਤਾ ਹੈ। ਬਿਖ ਅੰਮ੍ਰਿਤ ਬਸੇ ਇੱਕ ਸੰਗਾ, ਤੇ ਬਿਖ ਤੇ ਅੰਮ੍ਰਿਤ ਜਿਹੜਾ ਹੈ ਇਹ ਸਮੁੰਦਰ ਮੰਥਨ ਵੇਲੇ ਇਕੱਠੇ ਹੀ ਨਿਕਲੇ ਨੇ, ਇੱਕੇ ਥਾਂ ਤੇ ਰਹਿੰਦੇ ਨੇ ਦੋਵੇਂ। ਤੇ ਬਾਹਮਣ ਜੀ ਕਹਿਣ ਲੱਗੇ ਵੀ ਚਲੋ ਫਿਰ ਦੀਵਾ ਜਗਾ ਲਿਆ ਕਰੋ, ਧੂਪ ਦੇ ਲਿਆ ਕਰੋ, ਨਈ ਬੇਦਾ ਧੂਪ ਦੀਪ ਨਈ ਬੇਦਹਿ ਬਾਸਾ, ਕੈਸੇ ਪੂਜ ਕਰੇ ਤੇਰੇ ਦਾਸਾ। ਭਗਤ ਜੀ ਕਹਿਣ ਲੱਗੇ ਵੀ ਨਹੀਂ, ਦੀਵਾ ਜਦੋਂ ਜਲਾਈਦਾ ਹੈ ਤੇ ਲੱਕੜ ਪਤਾ ਨਹੀਂ ਕਿਸੇ ਤਰ੍ਹਾਂ ਦੀ ਹੋਵੇ, ਜਾਂ ਜਿਹੜਾ ਤੇਲ ਹੈ ਉਹਦਾ ਵੀ ਕੋਈ ਭਰੋਸਾ ਨਹੀਂ ਵੀ ਉਹਨੂੰ ਕਿੰਨੇ ਕਿੰਨੇ ਜੂਠਾ ਕੀਤਾ ਹੈ। ਜਦੋਂ ਲੱਟ ਬਲਦੀ ਹੈ ਪਤੰਗਾ ਆ ਕੇ ਉੱਥੇ ਆਪਣੇ ਆਪ ਨੂੰ ਸਾੜ ਕੇ ਉਸ ਲੱਟ ਨੂੰ ਵੀ ਜੂਠਾ ਕਰ ਦਿੰਦਾ ਹੈ। ਇਹ ਵੀ ਨਹੀਂ ਪਹੁੰਚ ਸਕਦਾ ਠਾਕੁਰ ਦੇ ਦਰਬਾਰ ਦੇ ਵਿੱਚ ਪ੍ਰਵਾਨ, ਇਹ ਵੀ ਨਹੀਂ ਚੜ੍ਹਨਾ। ਜਦੋਂ ਹਿਰਦੇ ਦੇ ਵਿੱਚੋਂ ਇਸ ਤਰੀਕੇ ਦੇ ਨਾਲ ਸੱਚ ਦਾ ਪ੍ਰਕਾਸ਼ ਹੋਇਆ ਨਾ, ਉਸ ਵੇਲੇ ਫਿਰ ਪੰਡਿਤ ਜੀ ਦੀ ਧੌਣ ਨੀਵੀਂ ਹੋ ਗਈ, ਸਿਰ ਨੀਵਾਂ ਹੋ ਗਿਆ, ਗੱਲ ਨਹੀਂ ਕੋਈ ਆਉਂਦੀ ਅੱਗੋਂ। ਫਿਰ ਪੁੱਛਣ ਲੱਗਾ ਵੀ ਇਹਦਾ ਮਤਲਬ ਉਸ ਮਾਲਕ ਦੀ ਪੂਜਾ, ਉਹਦੀ ਸੇਵਾ ਨਹੀਂ ਕਰਨੀ ਚਾਹੀਦੀ? ਰਵਿਦਾਸ ਸਾਹਿਬ ਕਹਿੰਦੇ ਪੂਜਾ ਵੀ ਕਰਨੀ ਚਾਹੀਦੀ ਹੈ, ਸੇਵਾ ਵੀ ਕਰਨੀ ਚਾਹੀਦੀ ਹੈ, ਪਰ ਜਿਹੜੇ ਤਰੀਕੇ ਨਾਲ ਤੁਸੀਂ ਲੋਕ ਕਹਿੰਦੇ ਹੋ ਨਾ, ਇਹਨਾਂ ਚੀਜ਼ਾਂ ਦੀ ਠਾਕੁਰ ਨੂੰ ਕੋਈ ਜ਼ਰੂਰਤ ਨਹੀਂ। ਮਾਲਕ ਦੀ ਜੇ ਪੂਜਾ ਕਰਨੀ ਹੈ ਨਾ, ਕਹਿੰਦੇ ਤਨ ਮਨ ਅਰਪਉ ਪੂਜ ਚੜਾਵਉ, ਗੁਰ ਪ੍ਰਸਾਦ ਨਿਰੰਜਨ ਪਾਵੋ। ਕਹਿੰਦੇ ਉਸ ਮਾਲਕ ਦੀ ਪੂਜਾ ਕਰਨ ਵਾਸਤੇ ਕਿਹੜੀ ਸਮੱਗਰੀ ਉਹਦੇ ਚਰਨਾਂ 'ਚ ਹਾਜ਼ਰ ਕਰਨੀ ਹੈ? ਆਪਣਾ ਤਨ ਅਤੇ ਆਪਣਾ ਮਨ ਜਿਹੜਾ ਹੈ ਇਹ ਠਾਕੁਰ ਦੇ ਚਰਨਾਂ 'ਚ ਰੱਖਣਾ ਹੈ, ਬਸ ਇਹ ਅਸਲੀ ਪੂਜਾ ਹੈ। ਇਹ ਉਹਦੀ ਪੂਜਾ ਕਰਨ ਵਾਸਤੇ ਉਹਦੇ ਦਰ ਤੇ ਪ੍ਰਵਾਨ ਚੜ੍ਹਨ ਵਾਲੀ ਸਮੱਗਰੀ ਹੈ। ਆਹ ਜਿਹੜੇ ਬਾਹਰੀ ਫੁੱਲ ਨੇ ਨਾ, ਆਹ ਜਿਹੜਾ ਦੁੱਧ ਹੈ, ਇਹ ਤੇ ਸਾਰਾ ਤੁਸੀਂ ਆਪਣੇ ਆਪਣੇ ਘਰ ਨੂੰ ਖੜਨ ਵਾਸਤੇ ਹੀ ਇਹ ਸਾਰਾ ਬਿਜ਼ਨਸ ਇਹ ਧੰਦਾ ਬਣਾਇਆ ਹੈ। ਇਹਨਾਂ ਚੀਜ਼ਾਂ ਦੀ ਉਸ ਮਾਲਕ ਨੂੰ ਕੋਈ ਲੋੜ ਨਹੀਂ। ਜੇ ਫਿਰ ਵੀ ਤੁਸੀਂ ਕਹਿੰਦੇ ਹੋ ਤੇ ਕਹਿੰਦੇ ਜਿਸ ਵੇਲੇ ਬਛੜੇ ਨੇ ਗਾਂ ਦਾ ਦੁੱਧ ਚੁੰਗਿਆ ਉਹਦੇ ਵਿੱਚ ਮਾਲਕ ਪਹਿਲੋਂ ਹੀ ਬੈਠਾ ਹੈ, ਉਹਨੇ ਬਛੜੇ ਦੁਆਰਾ ਪਹਿਲੋਂ ਹੀ ਭੋਗ ਲਵਾ ਲਿਆ, ਤੁਹਾਡੇ ਲਵਾਉਣ ਦੀ ਲੋੜ। ਜਦੋਂ ਵਛੜਾ ਦੁੱਧ ਚੁੰਘਦਾ ਸੀ ਨਾ ਗਾਂ ਦਾ, ਉਹਦੇ ਅੰਦਰ ਮਾਲਕ ਪਹਿਲੋਂ ਬੈਠਾ ਹੋਇਆ ਸੀ, ਵਛੜੇ ਦੇ ਅੰਦਰ ਪਹਿਲੋਂ ਮੌਜੂਦ ਸੀ ਉਹ। ਤੇ ਜਦੋਂ ਵਛੜੇ ਨੇ ਦੁੱਧ ਚੰਗਿਆ ਤੇ ਮਾਲਕ ਦੇ ਕੋਲ ਆਪਣੇ ਆਪ ਹੀ ਪਹੁੰਚ ਗਿਆ, ਉਹਨੇ ਪਹਿਲੋਂ ਹੀ ਭੋਗ ਲਾ ਤਾ ਪੰਡਿਤ ਤੇਰੇ ਨਾਲੋਂ ਪਹਿਲੋਂ। ਤੇ ਜੇ ਤੂੰ ਫੁੱਲਾਂ ਦੀ ਗੱਲ ਕਰਦਾ ਹੈ ਤੇ ਫੁੱਲ ਜਦੋਂ ਖੜਾ ਵਿੱਚ ਆਇਆ ਨਾ, ਉਹਦੇ ਵਿੱਚੋਂ ਜਦੋਂ ਸੁਗੰਧੀ ਪ੍ਰਕਾਸ਼ ਹੋਈ ਤੇ ਜਦੋਂ ਭੌਰਾ ਆ ਕੇ ਫੁੱਲ ਤੇ ਬੈਠਿਆ, ਉਹ ਸੁੰਘਣ ਲੱਗ ਪਿਆ, ਭੌਰੇ ਦੇ ਵਿੱਚ ਉਹ ਪਰਮੇਸ਼ਰ ਪਹਿਲੋਂ ਹੀ ਬੈਠਾ ਹੋਇਆ ਸੀ, ਉਹਨੇ ਭੌਰੇ ਦੇ ਜ਼ਰੀਏ ਪਹਿਲੋਂ ਹੀ ਉਸ ਫੁੱਲ ਦੀ ਸੁਗੰਧੀ ਨੂੰ ਪ੍ਰਾਪਤ ਕਰ ਲਿਆ। ਤੇਰੇ ਕਰਨ ਦੀ ਲੋੜ ਨਹੀਂ। ਜੇ ਤੂੰ ਚਾਹੁੰਦਾ ਹੈ ਨਾ ਵੀ ਮਾਲਕ ਦੇ ਦਰ ਤੇ ਪ੍ਰਵਾਨ ਚੜ ਜਾਵੇਂ ਤੇ ਤੇਰੇ ਕੋਲ ਤੇ ਕੇਵਲ ਇੰਨਾ ਹੀ ਹੈ। ਜੇ ਮਾਲਕ ਨੂੰ ਪ੍ਰਸੰਨ ਕਰਨਾ ਹੈ ਫਿਰ ਆਪਣਾ ਮਨ ਉਹਦੀ ਪੂਜਾ ਵਿੱਚ ਲਾ ਦੇ, ਮਨ ਅਰਪਿਤ ਕਰ ਦੇ ਬਸ ਉਹਦੇ ਚਰਨਾਂ। ਗੁਰ ਕੀ ਮਤ ਤੂੰ ਲੇਹ ਆਨੇ, ਉਸ ਵਾਹਿਗੁਰੂ ਜੀ ਦੀ ਮਤ, ਸਤਿਗੁਰੂ ਜੀ ਦੀ ਮਤ, ਸਤਿਗੁਰੂ ਜੀ ਦੀ ਬਾਣੀ ਦੇ ਗੁਣ ਜਿਹੜੇ ਨੇ ਉਹਨਾਂ ਨੂੰ ਆਪਣੇ ਸਰੀਰ ਹਿਰਦੇ ਜੀਵਨ ਵਿੱਚ ਧਾਰਨ ਕਰ ਲੈਣਾ, ਆਪਣੇ ਮਨ ਦੀ ਮਤ ਛੱਡ ਦੇਣੀ, ਇਹੀ ਹੀ ਸਤਿਗੁਰੂ ਜੀ ਦੀ ਸਭ ਨਾਲੋਂ ਵੱਡੀ ਪੂਜਾ ਹੈ।
ਆਓ ਬੜੇ ਪਿਆਰ ਦੇ ਨਾਲ ਭਗਤ ਰਵਿਦਾਸ ਸਾਹਿਬ ਜੀ ਦੇ ਇਹ ਪਵਿੱਤਰ ਬਚਨ ਫਿਰ ਪਿਆਰ ਨਾਲ ਪੜੀਏ। ਦੂਤ ਤਾਂ ਬਸ਼ਰੇ ਤੁਹਾਨੂੰ ਪਿਟਾਰਿਓ, ਨਹੀਂ ਭੇਜੇ ਪਾਸਾ
तन मन अर्पो पूज चरावो गुर प्रसाद निरंजन पावो गुर प्रसाद निरंजन पावो पूजा अर्चाया है नामोरी कह ਜਬਰ ਸ਼ਤਰ ਤਖਤ ਦੇ ਮਾਲਕ ਜੁਗ ਜੁਗ ਅਟਲ ਪਤਤ ਪਾਵਨ ਭਗਤ ਵਤਸਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਔਰ ਮਾਲਕ ਜੀਆਂ ਦੇ ਪਾਵਨ ਚਰਨਾਂ ਵਿੱਚ ਬਹੁਤ ਹੀ ਪਿਆਰ ਨਾਲ ਸ਼ਰਧਾ ਨਾਲ ਜੁੜਮਿਲ ਬੈਠੀ ਸਤਿਗੁਰੂ ਜੀ ਦੀ ਸਾਜੀ ਨੂੰ ਅੱਜ ਹੀ ਸਨਮਾਨ ਯੋਗ ਸਤਿਕਾਰ ਯੋਗ ਸਾਧ ਸੰਗਤ ਜੀਓ सतगुरु जी ने महान महान बख्शिश मेहरामत कृपा वरताई है। गुरद्वारा तप स्थान साहब जी दे महान पवित्र स्थान ते महीनावारी दीवाना विच बड़े प्यार नाल श्रद्धा नाल संगतां हाजरियां भर रहियां ने। सतगुरु जी दी बाणी दे कीर्तन द्वारा महान प्रवाह चल रहे ने। गुरबाणी नाल कीर्तन नाल जुड़ के अपन सारे समय और स्वासां दा लाहा प्राप्त कर रहे हैं। सफल हो रहा है समा सतगुरु जी दी पवित्र गोद विच बैठ के सिमरन बाणी दे नाल जुड़न करके भगत रविदास साहब जी दे महान पवित्र बचना दा बड़े प्यार नाल आपां सब ने रल मिल के कीर्तन किया है। सतगुरु जी दे घर विच वाहिगुरु जी दी शरण विच मालक दे दर ते मन दा अर्पण कर देना ये सब तो वड्डी भेटा है। धन गुरु गोबिंद सिंह महाराज सच्चे पातशाह जी नूं जिन्हां ने अपने तन मन की भेट चढ़ाई सीस भेटा विच दिते। धन गुरु गोबिंद सिंह महाराज जी ने उन्हां नूं अपना सतगुरु कह के नवाजिया। तन मन अर्पाओ पूज चढ़ावाओ भगत रविदास साहब जी दे महान पवित्र बचन और पंजां प्यारियां ने सब तो पहला अपना मन क्योंकि मन मन्या तां ही सीस भेटा कीता गया। मन पहलों सतगुरु जी दे चरणां विच अर्पित कीता फिर अंदर फुरना बनिया भी हुण सीस दा की है ये ते सतगुरु जी दा है। ते जदों सीस दे दिते तन ते मन दी भेटा चढ़ा के गुरु नानक दे घर दी पूजा कीती। धन गुरु गोबिंद सिंह महाराज जी ने अपना रूप बना लिया खालसा मेरो रूप है खास।
और खालसे नू अपना टिकाणा बना लिया। कहन लगे खालसे मैं हूं करो निवास। और एडी वड्डी बख्शिश कीती अपने खालसे नू अपना गुरु कह दिता, अपना सज्जन कह दिता, संसार दा सब तो वड्डा सूरमा कह दिता। महाराज कहिंदे खालसा मेरो सज्जन सूरा, खालसा मेरो सतगुर पूरा। कहन लगे खालसा मेरा सतगुरु है ते पूरा। एडी वड्डी वड्याई इदां दी पूजा करन दे नाल सब कुछ ही प्राप्त हो गया। और धन गुरु गोबिंद सिंह महाराज इन्ने मेहर दे घर विच आए ते कहन लगे मेरा घर भी खालसा है, मेरी जायदाद भी खालसा है। हरेक बंदे दा अपना अपना घर है। किसे ना किसे पदार्थ नूं बंदा अपनी जायदाद मन के बैठा है। पर धन गुरु गोबिंद सिंह महाराज नूं पुछिए महाराज तुहाडा घर केड़ा है, तुहाडी जायदाद की है? ते मेरे मालक जी कहिंदे खालसा मेरो भवन, भवन नाम है घर दा। कहिंदे खालसा ही मेरा घर है, खालसा मेरो भवन भंडारा। भंडारा कहिंदे ने खजाने नूं जो कुछ जोड़िया होवे। पुराने समय च कहिंदे देखो भंडारा वाहवा ही है, अजकल कह दिंदे देखो बैंक बैलेंस काफी है, जायदाद बहुत ज्यादा है। धन गुरु गोबिंद सिंह महाराज कहिंदे मेरी जायदाद सब कुछ मेरा खालसा ही है। इन्नी वड्डी वड्याई खालसे नूं मिली, तन मन अर्पो पूज चरावो। सिखा अपना मन गुरु दे अगे समर्पित कर दे। इयो ही धन गुरु ग्रंथ साहिब महाराज जी दी सब तो वड्डी सेवा है, सब तो वड्डी पूजा है। ये कोई भी कर सकता है। जिहदे घरे एक टाइम दा प्रशादा नहीं ना मिलदा वह भी ये सेवा कर सकता है, ये पूजा वह भी कर सकता है। जिहड़े तरीके दियां आपां लोकां ने कईयां ने पूजा बनाईयां ने, सेवावां बनाईयां ने, वह कई गरीब लोग नहीं कर सकते। आपां कई गुरु घरां दे विच भी अपना काम चलाउण वास्ते, अपना बिजनेस चलाउण वास्ते बड़ा बड़ा कुछ कीता है, पर वह गुरु दे दर ते परवान नहीं। बस तू अपना मन गुरु दे अगे भेट रख दे, बस इहो तेरी पूजा है, इहो सब नालों वड्डी सेवा है, ये गुरु दे दर ते परवान चढ़ दी। आओ दो चार मिनट विच थोड़ी जी हाजरी लवा के फिर समाप्ति है। फिर बड़े प्यार नाल बाबा तरनजीत सिंह जी आप जियां नूं सतगुरु जी दी बाणी द्वारा निहाल करनगे। दो तीन मिनट आओ। माई गोबिंद पूजा कहां ले करावो, माई गोबिंद पूजा कहां ले करावो, गोबिंद पूजा कहां ले करावो। अमृत फूल अनुप तपावो, अमृत फूल अनुप तपावो।
तेरा नाम करी चंदन लाठिया जे मन सतगुरु जी कृपा कर मेहरामत कर ये अमृत बचन साढ़े सारे अंदे हिरदियां ते नवास कर फुलां चुकां दी खिमा कोटान कोट तनवाद तन श्री गुरु ग्रंथ साहिब महाराज जी दा आप सरबत संगतां दा सत्कारयोग महापुरश बाबा अमरीक सिंह जी बाबा तरनजीत सिंह जी जिन्हां ने हुक्म करके आप संगतां दे दर्शन दीदार करवाए ने आओ बड़े प्यार नाल बाबा तरनजीत सिंह जी होना पासों सतगुरु जी दी बाणी दे रब्बी कीर्तन नाल जुड़िए बुलाओ फतेह वाहिगुरु जी का खालसा वाहिगुरु जी की फतेह।